2022 ਦੇ ਚੋਣਾਂ ਲਈ ਬੱਬੂ ਮਾਨ ਖੜਾ ਹੋ ਸਕਦਾ ਹੈ? ਮੈਂ ਹੋ ਸਕਦਾ ਜਦੋਂ ਪਿੰਡਾਂ 'ਚ ਸਰਵਸੰਮਤੀ ਨਾਲ ਸਰਪੰਚ ਬਣਨਗੇ। ਤੁਸੀਂ ਮੀਡੀਆ ਨੂੰ ਦੱਸ ਰਹੇ ਸੀਗੇ ਕਿ ਬਹੁਤ ਸਾਰੀ ਚੀਜ਼ਾਂ ਮੀਡੀਆ ਹਮੇਸ਼ਾ ਮਿਸ ਕਰ ਜਾਂਦੀ ਹੈ। ਇੰਨਾ ਗਿਆਨ ਚਾਹੀਦਾ ਕਿ ਤੁਸੀਂ ਉਹਦੀ ਹਰ ਚੀਜ਼ ਸੁਣੀ ਹੋਵੇ। ਇੱਕ ਇਹਦਾ ਅਜੀਬ ਜਿਹਾ ਰਿਸ਼ਤਾ ਬਣ ਗਿਆ ਅੱਜ ਕੱਲ੍ਹ, ਦੋ ਚਾਰ ਸਵਾਲ ਪੁੱਛੇ, ਕਲਿੱਕ ਕਲਿੱਕ ਆਈਆਂ ਦੀ ਗੱਲ ਹੋ ਗਈ, ਟਿਕ 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 ਨੇ। ਅੱਜ ਕੀ ਹੋ ਗਿਆ ਵੀ ਸਿਰਫ ਜਿਹੜਾ ਗਾਉਣ ਵਾਲਾ ਫਰੰਟ 'ਤੇ ਉਹਦੀ ਗੱਲ ਹੀ ਹੁੰਦੀ ਹੈ, ਸ਼ਾਇਰ ਦੀ ਗੱਲ ਹੀ ਨਹੀਂ ਹੁੰਦੀ। ਕਾਂਗੀ ਲਿਖਣ ਵਾਲਾ ਪਤਾ ਹੀ ਨਹੀਂ ਤੁਹਾਨੂੰ ਕੌਣ, ਨੋਵਲਿਸਟਾਂ ਦਾ ਪਤਾ ਹੀ ਨਹੀਂ ਤੁਹਾਨੂੰ, ਉਹ ਗੁੰਮਨਾਮ ਹੋ ਗਏ। ਮਨੋਰੰਜਨ ਤੋਂ ਬਿਨਾਂ ਆਰਟਿਸਟ ਦਾ ਜਿਹੜਾ ਸਮਾਜਿਕ ਵਰਤਾਰਾ ਉਹ ਕੀ ਹੈ? ਕੰਟਰੋਵਰਸੀ ਲਈ ਇੱਕ ਵਿਸ਼ਾ ਚਾਹੀਦਾ, ਇੱਕ ਉਹਦੀ ਬੁਨਿਆਦ ਚਾਹੀਦੀ, ਨਾ ਵਿਸ਼ਾ ਨਾ ਬੁਨਿਆਦ। ਜਿਹੜਾ ਸਾਡਾ ਨੈਸ਼ਨਲ ਮੀਡੀਆ ਉਹ ਤਾਂ ਮਤਲਬ ਖਤਮ ਹੀ ਹੋ ਗਿਆ। ਸਾਡੇ ਹਰ ਚੀਜ਼ 'ਚ ਦੋ ਫਰੰਟ ਹੋ ਜਾਂਦੇ, ਇੱਕ ਬੰਦੇ ਨੇ ਗੱਲ ਕਰੀ ਥੱਲੇ ਉਹਦੇ ਕਮੈਂਟ ਨੇ ਦੋ ਧਾਰਾ ਬਣ ਜਾਂਦੇ। ਇਹ ਕਿਉਂ ਹੈ? ਵਿਚਾਰਾਂ ਦੀ ਆਜ਼ਾਦੀ ਸਭ ਨੂੰ ਹੁੰਦੀ ਹੈ, ਪਰ ਇਹੋ ਜਿਹੇ ਵਿਚਾਰ ਦਾ ਕੀ ਫਾਇਦਾ ਜਿਹੜਾ ਸਮਾਜ ਨੂੰ ਖਤਮ ਹੀ ਕਰਦੇ ਤੁਹਾਡੇ ਨੂੰ? ਕਿਉਂ ਨਹੀਂ ਜਦੋਂ ਪਰਚਾ ਹੁੰਦਾ ਕਿਸੇ ਦੇ ਨਾਲ ਕੈਮਰੇ ਕਿਉਂ ਨਹੀਂ ਜਾਂਦੇ? ਮੰਨ ਲਓ ਤੁਹਾਡੇ 'ਤੇ ਰੇਡ ਪੈਂਦੀ ਹੈ ਤਾਂ ਕੈਮਰਾ ਜਾਣਾ ਚਾਹੀਦਾ। ਸਤਿ ਸ਼੍ਰੀ ਅਕਾਲ ਜੀ, ਮੇਰੇ ਨਾਲ ਬੱਬੂ ਮਾਨ ਇੱਥੇ ਮੌਜੂਦ ਨੇ। ਬੱਬੂ ਮਾਨ ਜੀ, ਅੱਜ ਸਟੇਜ ਦੇ ਤੁਸੀਂ ਇੱਕ ਬਹੁਤ ਹੀ ਇੰਪੋਰਟੈਂਟ ਗੱਲ ਕਹੀ ਹੈ ਕਿ ਤੁਸੀਂ ਮੀਡੀਆ ਨੂੰ ਦੱਸ ਰਹੇ ਸੀਗੇ ਕਿ ਬਹੁਤ ਸਾਰੀ ਚੀਜ਼ਾਂ ਮੀਡੀਆ ਹਮੇਸ਼ਾ ਮਿਸ ਕਰ ਜਾਂਦੀ ਹੈ, ਕੰਟੈਂਟ ਉੱਤੇ ਮਿਸ ਕਰ ਜਾਂਦੀ ਹੈ, ਉਸ ਉੱਤੇ ਤੁਸੀਂ ਥੋੜ੍ਹਾ ਜਾਣਨਾ ਪਾਓਗੇ? ਨਹੀਂ, ਮੀਡੀਆ ਜਿਹੜਾ ਹੁੰਦਾ ਨਾ, ਅਸਲ 'ਚ ਤੁਸੀਂ ਇੱਕ ਪੰਜਾਬੀ 'ਚ ਮੈਂ ਕੀ ਕਹਾਂ, ਨਾਪ ਜਿੱਦਾਂ ਕਹਿੰਦੇ ਨਾ ਆਪਾਂ ਕਿਸੇ ਚੀਜ਼ ਨੂੰ ਨਾਪਣਾ, ਤੁਹਾਡਾ ਅਸਲ 'ਚ ਕੰਮ ਕੀ ਹੁੰਦਾ ਜਦੋਂ ਤੁਸੀਂ ਕਿਸੇ ਆਰਟਿਸਟ ਦੀ ਗੱਲ ਕਰਦੇ ਹੋ ਜਾਂ ਉਹਦੇ ਨਾਲ ਕੋਈ ਇੰਟਰਵਿਊ ਕਰਦੇ ਹੋ, ਤਾਂ ਤੁਹਾਨੂੰ ਇੰਨਾ ਗਿਆਨ ਚਾਹੀਦਾ ਕਿ ਤੁਸੀਂ ਉਹਦੀ ਹਰ ਚੀਜ਼ ਸੁਣੀ ਹੋਵੇ। ਨੋਰਮਲੀ ਕੀ ਹੁੰਦਾ ਜਦੋਂ ਤੁਸੀਂ ਕਲਾਕਾਰ ਨੂੰ ਮਿਲਦੇ ਹੋ, ਇੱਕ ਇੰਨਾ ਅਜੀਬ ਜਿਹਾ ਰਿਸ਼ਤਾ ਬਣ ਗਿਆ ਅੱਜ ਕੱਲ੍ਹ, ਦੋ ਚਾਰ ਸਵਾਲ ਪੁੱਛੇ, ਕਲਿੱਕ ਕਲਿੱਕ ਆਈਆਂ ਦੀ ਗੱਲ ਹੋ ਗਈ, ਟਿਕ 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 ਨੇ, ਉਹ ਡੈਫਥ 'ਚ ਨਹੀਂ ਜਾਂਦੇ। ਤੁਸੀਂ ਦੇਖੋ, ਸੁਹਿਰਦ ਪੱਤਰਕਾਰ ਉਹ ਹੈ ਜਿਹੜਾ ਹਰ ਚੀਜ਼ ਦੀ ਤਹਿ 'ਤੇ ਚਲਾ ਜਾਂਦਾ। 70 ਤੋਂ 90 ਤੱਕ ਦੇ ਜਿਹੜੇ ਪੱਤਰਕਾਰ ਸੀ, ਕਈ ਬਹੁਤ ਡੀਪ ਲਿਖਦੇ ਸੀ। ਉਦੋਂ ਸ਼ਾਇਰੀ ਵੀ ਕਿਉਂ ਇੰਨੀ ਨਿਵਾਜੀ ਜਾਂਦੀ ਸੀ, ਕਿਉਂਕਿ ਸ਼ਾਇਰੀ ਦੀ ਗੱਲ ਹੁੰਦੀ ਸੀ। ਅੱਜ ਕੀ ਹੋ ਗਿਆ ਵੀ ਸਿਰਫ ਜਿਹੜਾ ਗਾਉਣ ਵਾਲਾ ਫਰੰਟ 'ਤੇ ਉਹਦੀ ਗੱਲ ਹੀ ਹੁੰਦੀ ਹੈ, ਸ਼ਾਇਰ ਦੀ ਗੱਲ ਹੀ ਨਹੀਂ ਹੁੰਦੀ, ਕਵੀ ਦੀ ਗੱਲ ਨਹੀਂ ਹੁੰਦੀ, ਇਕਾਂਗੀ ਲਿਖਣ ਵਾਲਾ ਪਤਾ ਹੀ ਨਹੀਂ ਤੁਹਾਨੂੰ ਕੌਣ, ਨੋਵਲਿਸਟਾਂ ਦਾ ਪਤਾ ਹੀ ਨਹੀਂ ਤੁਹਾਨੂੰ, ਉਹ ਗੁੰਮਨਾਮ ਹੋ ਗਏ। ਜਦਕਿ ਤੁਹਾਡਾ ਫਰਜ਼ ਹੈ ਕਿ ਇਹ ਇੱਕੋ ਲਾਈਨ ਹੈ, ਸਿਰਫ ਗਾਉਣ ਵਾਲਿਆਂ ਦੀ ਉਹ ਗੱਲ ਨਹੀਂ ਹੋਣੀ ਚਾਹੀਦੀ, ਹਰ ਵਰਗ ਦੀ ਹੋਣੀ ਚਾਹੀਦੀ ਹੈ ਜਿਹੜਾ ਕ੍ਰੀਏਟਿਵ ਹੈ, ਜਿਹੜੇ ਸਮਾਜ ਨੂੰ ਅੱਗੇ ਤੋੜਦੀਆਂ ਲੀਹਾਂ 'ਤੇ। ਮਨੋਰੰਜਨ ਇੱਕ ਅਲੱਗ ਚੀਜ਼ ਹੈ, ਮਨੋਰੰਜਨ ਤੋਂ ਬਿਨਾਂ ਆਰਟਿਸਟ ਦਾ ਜਿਹੜਾ ਸਮਾਜਿਕ ਵਰਤਾਰਾ ਉਹ ਕੀ ਹੈ? ਦੂਜੀ ਗੱਲ, ਜਿਹੜੀ ਪ੍ਰੈਸ ਜਿਹੜੀ ਹੈ ਅੱਜ ਕੱਲ੍ਹ ਇਸ ਚੀਜ਼ 'ਤੇ ਖੜੀ ਹੈ, ਕੰਟਰੋਵਰਸੀ 'ਤੇ। ਉਹ ਇਸ ਤਰ੍ਹਾਂ ਦੀਆਂ ਕੰਟਰੋਵਰਸੀਆਂ ਜਿਹਦੇ ਲਈ ਵਿਸ਼ਾ, ਕੰਟਰੋਵਰਸੀ ਲਈ ਇੱਕ ਵਿਸ਼ਾ ਚਾਹੀਦਾ, ਇੱਕ ਉਹਦੀ ਬੁਨਿਆਦ ਚਾਹੀਦੀ ਹੈ, ਨਾ ਵਿਸ਼ਾ ਨਾ ਬੁਨਿਆਦ ਹੈ। ਸੋ ਮੈਨੂੰ ਲੱਗਦਾ ਕਿ ਜਿਹੜਾ ਆ ਯੂਟਿਊਬ ਚੈਨਲਸ ਆ, ਜਿਹੜਾ ਮੀਡੀਆ, ਇਹ ਉਹ ਕੰਮ ਨਹੀਂ ਕਰ ਰਿਹਾ ਜਿਹੜਾ ਇਹਨੂੰ ਕਰਨਾ ਚਾਹੀਦਾ। ਜੇ ਤੁਸੀਂ ਨੋਰਮਲੀ ਗੱਲ ਕਰਦੇ ਨਾ ਵੀ ਗੀਤਾਂ 'ਚ ਸੱਭਿਆਚਾਰ ਨਹੀਂ ਮਿਲਦਾ, ਮੈਨੂੰ ਤੁਹਾਡੇ ਕੰਮ 'ਚ ਵੀ ਉਸ ਤਰ੍ਹਾਂ ਦਾ ਵਰਕ ਐਥਿਕ ਨਹੀਂ ਮਿਲਦਾ। ਸੋ ਮੈਨੂੰ ਲੱਗਦਾ ਤੁਹਾਨੂੰ ਇਹ ਚੀਜ਼ਾਂ ਚੇਂਜ ਕਰਨੀਆਂ ਪੈਣੀਆਂ, ਤੁਹਾਨੂੰ ਸੁਹਿਰਦ ਗੱਲਾਂ ਕਰਨੀਆਂ ਪੈਣੀਆਂ। ਕਿ ਨੋਰਮਲੀ ਮੈਂ ਦੇਖਦਾ ਇੱਕ ਪ੍ਰੋਗਰਾਮ ਸ਼ੁਰੂ ਹੁੰਦਾ, ਉਹਦਾ ਇੱਕ ਸਿਸਟਮ ਬਣਾ ਹੈ, ਉਹਦੇ 'ਚ ਉਹੀ ਸਵਾਲ ਪੁੱਛੇ ਜਾਂਦੇ ਆ। ਇੱਦਾਂ ਨਹੀਂ ਤੁਸੀਂ ਕਲਾ ਦਾ ਮੁਲਾਂਕਣ ਕਰ ਸਕਦੇ, ਤੁਸੀਂ ਸਮਾਜ ਨੂੰ ਕੀ ਦੇਣਾ ਇਸ ਗੱਲ 'ਤੇ ਜ਼ੋਰ ਜ਼ਿਆਦਾ ਦਿਆ ਕਰੋ। ਆਪਾਂ ਜੇ ਸੋਸ਼ਲ ਮੀਡੀਆ ਦੀ ਗੱਲ ਕਰਦੇ ਨੇ, ਹੁਣ ਸੋਸ਼ਲ ਮੀਡੀਆ ਪਹਿਲੇ ਤਾਂ ਸੀ ਨਹੀਂ, ਕਿਉਂਕਿ ਜਦ ਇਹ 2000 ਦੇ ਦਹਾਕੇ ਦੇ ਵਿੱਚ ਆਇਆ ਹੈ ਨਾ, ਉਹਦੇ ਬਾਅਦ ਫਿਰ ਨੌਲੇਜ ਹੋ ਗਈ। ਹੁਣ ਇਹ ਜੇ ਸੋਸ਼ਲ ਮੀਡੀਆ ਹੈ, ਇੱਕ ਸੋਸ਼ਲ ਬਿਜ਼ਨਸ ਬਣ ਚੁੱਕਿਆ, ਹਰ ਇੱਕ ਆਰਟਿਸਟ ਨੇ, ਹਰ ਇੱਕ ਬੰਦੇ ਨੇ ਜੇ ਹੈਗੀ ਹੈ ਇੱਕ ਆਪਣੀ ਚੀਜ਼ ਵੇਚਣੀ ਹੈਗੀ ਹੈ। ਨਹੀਂ, ਮੈਂ ਇਸ ਚੀਜ਼ ਨਾਲ ਸਹਿਮਤ ਨਹੀਂ। ਜ਼ਿੰਦਗੀ 'ਚ ਦੋ ਕੰਮ ਕਰੋ। ਜੇ ਤੁਸੀਂ ਪੰਜਾਬ ਨੂੰ ਦੇਖੋ, ਅੱਜ ਤੁਸੀਂ, ਮੈਂ ਮੀਡੀਆ ਦੀ ਗੱਲ ਕਰਦਾ, ਜਿਹੜਾ ਸਾਡਾ ਨੈਸ਼ਨਲ ਮੀਡੀਆ ਉਹ ਤਾਂ ਮਤਲਬ ਖਤਮ ਹੀ ਹੋ ਗਿਆ, ਮੈਨੂੰ ਤਾਂ ਲੱਗਦੇ ਨਹੀਂ ਉਹ ਮੀਡੀਆ। ਪੰਜਾਬ 'ਚ ਜਿਹੜੇ ਬੱਚੇ ਆ, ਬਹੁਤ ਉਹਨਾਂ ਦੀ ਰੀਚ ਉੱਨੀ ਨਹੀਂ ਵਿਚਾਰਿਆਂ ਦੀ। ਪਰ ਕੀ ਤੁਸੀਂ ਕਦੇ ਸੋਚਿਆ ਕਿ ਜਿਹੜਾ ਸਮਾਜਿਕ ਮੀਡੀਆ ਸਿਰਫ ਪੰਜਾਬੀਆਂ ਤੋਂ ਬਿਨਾਂ ਹੋਰ ਕੋਈ ਕਮਿਊਨਿਟੀ ਬਹਿਸ ਹੀ ਨਹੀਂ ਕਰਦੀ? ਈਵਨ ਹਰਿਆਣੇ ਵਾਲੇ ਵੀ ਨਹੀਂ ਬਹਿਸ ਕਰਦੇ। ਸਾਡੇ ਹਰ ਚੀਜ਼ 'ਚ ਦੋ ਫਰੰਟ ਹੋ ਜਾਂਦੇ, ਇੱਕ ਬੰਦੇ ਨੇ ਗੱਲ ਕਰੀ ਥੱਲੇ ਉਹਦੇ ਕਮੈਂਟ ਨੇ ਦੋ ਧਾਰਾ ਬਣ ਜਾਂਦੇ। ਇਹ ਕਿਉਂ ਹੈ? ਇਸ ਤਰ੍ਹਾਂ ਦਾ ਪਾੜਾ ਕਿਉਂ ਹੈ? ਇਹਦੇ 'ਚ ਪੱਤਰਕਾਰ ਤਾਂ ਵੀ ਦੋਸ਼ੀ ਹੈ। ਦੇਖੋ, ਤੁਸੀਂ ਕਿਹਾ ਕਿ ਦੋ ਫਾੜ ਹੋ ਜਾਂਦੇ ਆ, ਹਰ ਕਿਸੇ ਦੀ ਵਿਚਾਰਧਾਰਾ ਹੁੰਦੀ ਹੈ। ਹੁਣ ਆਪਾਂ ਵਿਚਾਰਧਾਰਾ ਸਮਝੇ ਨਹੀਂ, ਵਿਚਾਰਾਂ ਦੀ ਆਜ਼ਾਦੀ ਸਭ ਨੂੰ ਹੁੰਦੀ ਹੈ, ਪਰ ਇਹੋ ਜਿਹੇ ਵਿਚਾਰ ਦਾ ਕੀ ਫਾਇਦਾ ਜਿਹੜਾ ਸਮਾਜ ਨੂੰ ਖਤਮ ਹੀ ਕਰਦੇ ਤੁਹਾਡੇ ਨੂੰ, ਜਿਹੜਾ ਸਾਰਾ ਸਿਸਟਮ ਹੀ ਤਹਿਸ ਨਹਿਸ ਕਰਦੇ ਨਾ। ਵਿਚਾਰ 'ਚ ਕੋਈ ਦਮ ਤਾਂ ਹੋਣਾ ਚਾਹੀਦਾ ਨਾ, ਬੇਲੋੜੇ ਵਿਚਾਰਾਂ ਦਾ ਕੀ ਆਈਡੀਆ? ਮੈਨੂੰ ਦੱਸੋ, ਇੰਨੇ ਗਿਆਨ ਦੀ, ਉਪਦੇਸ਼ ਦੀ ਲੋੜ ਹੀ ਨਹੀਂ ਹੈਗੀ, ਹੈ ਨਾ, ਜਿੰਨਾ ਮਿਲ ਰਿਹਾ ਇੱਕ ਦੂਜੇ ਤੋਂ। ਸੋ ਮੈਨੂੰ ਲੱਗਦਾ ਇਹ ਸਾਰਿਆਂ ਨੂੰ ਬਦਲਣਾ ਪਊਗਾ, ਠੀਕ ਟਾਈਮ ਸਾਰਿਆਂ ਨੂੰ ਬਦਲਣਾ ਪਊਗਾ। ਕਈ ਵਾਰ ਮਨ ਦੇ ਵਿੱਚ ਗੱਲ ਆਉਂਦੀ ਹੈ ਕਿ ਹੁਣ ਚੋਣ ਨਜ਼ਦੀਕ ਆ ਰਹੇ ਨੇ, ਭਗਵਾਨ ਤੁਸੀਂ ਕਿਉਂ ਨਹੀਂ ਕਿਸੇ ਸੀਟ 'ਤੇ ਉਮੀਦਵਾਰ 'ਤੇ ਲੜਦੇ, ਅਤੇ ਤੁਹਾਡੀ ਇੰਨੀ ਫੈਨ ਫੋਲੋਇੰਗ ਹੈ, ਦੁਆ ਜੁੜ ਪਹਿਲੀ ਜੋੜ। ਮੈਂ ਲੋਕਾਂ ਨੂੰ ਜੋੜਨਾ ਚਾਹੁੰਦਾ,
सियासत तोड़ दिंदी है। देखो पहली गल तो जी अजक यही रौला पाई जाता भी जड़िया मशीन जिद वोटा आनिया जड़िया इलैक्ट्रिक हैं वो या सैल वाली मैं तो नहीं पता ईवीएम मशीन नकारने की गल अज तो यही पता भी सही की है। दूजी इस मुल्क की जी बदकिस्मती है जो साढ़े देश के सियासतदान रौंडी है मतलब एक बंदा शासन वह चल रहा वो ठीक है उन्होंने दुनिया ने चुन लिया वो चंगा या माड़ा छोड़ो 5 साल बट वो 5 साल बाद रौंडी शुरू कर दिंदा वो दोबारा गद्दी हासिल करने लिए किसी तो परचा कराता किसी तो आह कराता क्यों नहीं जो परचा होंगे किसी के नाल कैमरे क्यों नहीं जाते मान लो थोड़े तो रेड पैंदी है तो कैमरा जाना चाहिए वो एक सरकारी तौर पर यूट्यूब चैनल बन जाए लाइव दिखाओ जे तुसी दोषी हो या ये दोषी है तो लाइव दिखा दो। अज विधानसभा के बजट सत्र के दौरान यही मामला उठा कि कितने सुखपाल खैरा के ईडी जी जो रेड पई है वो बाद दर्शाते भी नज़र आए सेंटर ये तो जिहड़ा बोलूगा उन्होंने खिलाफ जाना सेंटर ने पर मैं लगता है ये जी किसानों का जो अंदोलन है ये आप फिर गल करांगे अज नहीं मैं उही पूछा सी कि 2022 दे चोणां लई बब्बू मान खड़ा हो सकदा नहीं नहीं मैं हो सकदा जो पिंडां च सर्वसम्मति नाल सरपंच बनणगे जदों पंचायत की 8-4 रुपये वाली 14 च नहीं होगी कागजा च उदों मैं सोचूंगा चीज़ों बारे अजय नहीं जदों असी सारे जिंदगी की कमाई करके सारी पंजाब के नाल प्रॉपर्टी लवा के फिर आईए बिना तनखाह तो कम करिए जिदा बंगाल च करते हैं फिर आना चाहिए नहीं तो नहीं कोई फायदा जी जी अगर तुम चाहते हो कि बब्बू मान 2022 की चोणों में आ जाए तो जो बब्बू मान ने दिशा निर्देश देते हो सत्ते कम करो। कैमरामैन दविंदर नरू बिजलवान फैक्ट न्यूज़ हक दे सच दी खबर ले लाइक ते सब्सक्राइब करो पंजाब दा नंबर 1 डिजिटल न्यूज़ चैनल द फैक्ट न्यूज़।